ਹਾਂਜੀ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਬਜ਼ੀ ਸਬਜ਼ੀ ਕਹਾਣੀ ਸਮਝ ਕੇ ਉਹਨਾਂ ਦੇ ਉੱਤਰ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ, ਅਤੇ ਜਿਹੜੇ ਬੱਚਿਆਂ ਨੂੰ ਜਿਹੜੇ ਉੱਤਰ ਨਹੀਂ ਸਮਝ ਆਏ ਉਹ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਹੱਲ ਕਰਵਾਉਣ ਜਾ ਰਹੀ ਹਾਂ। ਪਹਿਲਾ ਪ੍ਰਸ਼ਨ ਹੈ ਬੇਟਾ, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਫਿਰ ਦਿੱਤੇ ਹੋਏ ਖਾਨਿਆਂ ਵਿੱਚ ਸਹੀ ਦਾ ਨਿਸ਼ਾਨ ਲਗਾਓ। ਕੂੜਾ ਪ੍ਰਸ਼ਨ ਸੀ ਜੀ, ਪ੍ਰੀਤੀ ਕਿਸ ਜਮਾਤ ਵਿੱਚ ਪੜ੍ਹਦੀ ਸੀ? ਉੱਤਰ ਆਏਗਾ ਜੀ ਦੂਜੀ। ਆੜਾ ਹੈ, ਪ੍ਰੀਤੀ ਦੇ ਭਰਾ ਦਾ ਕੀ ਨਾਂ ਸੀ? ਉੱਤਰ ਆਏਗਾ ਜੀ ਅੰਬਰ। ਈੜੀ ਪ੍ਰਸ਼ਨ ਹੈ ਜੀ, ਅੰਬਰ ਨੇ ਕੀ ਬੰਦ ਕੀਤਾ ਸੀ? ਉੱਤਰ ਆਏਗਾ ਜੀ ਟੀਵੀ। ਸੱਸਾ ਪ੍ਰਸ਼ਨ ਹੈ, ਸਬਜ਼ੀ ਵਾਲਾ ਭਾਈ ਬਣ ਕੇ ਹੋਕਾ ਕਿਸ ਨੇ ਦਿੱਤਾ? ਉੱਤਰ ਆਏਗਾ ਜੀ ਪਾਪਾ ਨੇ। ਅਗਲਾ ਹਾਹਾ ਪ੍ਰਸ਼ਨ ਹੈ ਜੀ, ਪ੍ਰੀਤੀ ਦੇ ਮੰਮੀ ਪਲੇਟ ਵਿੱਚ ਕੀ ਲੈ ਕੇ ਆਏ ਸਨ? ਉੱਤਰ ਆਏਗਾ ਜੀ ਸਲਾਦ। ਇਸ ਤਰ੍ਹਾਂ ਨਾਲ ਤੁਸੀਂ ਇਹ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹ ਹੱਲ ਕਰ ਲੈਣੇ ਆ ਜੀ। ਇਹ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੀ ਬੁੱਕ ਵਿੱਚ ਹੀ ਕਰੋਗੇ। ਇਸ ਤੋਂ ਬਾਅਦ ਪ੍ਰਸ਼ਨ ਉੱਤਰ ਵਾਲਾ ਸਵਾਲ ਹੈ ਜੀ, ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਬੇਟਾ ਤੁਸੀਂ ਆਪਣਾ ਇਹ ਪ੍ਰਸ਼ਨ ਵੀ ਆਪਣੀ ਬੁੱਕ ਵਿੱਚ ਹੀ ਕਰੋਗੇ, ਤੁਸੀਂ ਨੋਟਬੁੱਕ ਵਿੱਚ ਨਹੀਂ ਕਰਨਾ। ਤੁਹਾਨੂੰ ਸਪੇਸ ਦਿੱਤੀ ਹੈ ਜਿਹੜੀ, ਇੱਥੇ ਹੀ ਤੁਸੀਂ ਇਹ ਪ੍ਰਸ਼ਨ ਹੱਲ ਕਰ ਲਓਗੇ। ਊੜਾ ਪ੍ਰਸ਼ਨ ਹੈ ਜੀ, ਪ੍ਰੀਤੀ ਨੂੰ ਖੇਡ ਕਿਵੇਂ ਸੁੱਝੀ ਸੀ? ਉੱਤਰ ਆਏਗਾ ਜੀ, ਪ੍ਰੀਤੀ ਨੂੰ ਖੇਡ ਸਬਜ਼ੀ ਵਾਲੇ ਦੀ ਆਵਾਜ਼ ਸੁਣ ਕੇ ਸੁੱਝੀ। ਅਗਲਾ ਹੈ, ਅੰਬਰ ਕਿਸ ਜਮਾਤ ਵਿੱਚ ਪੜ੍ਹਦਾ ਸੀ? ਉੱਤਰ ਆਏਗਾ ਜੀ, ਅੰਬਰ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਪ੍ਰਸ਼ਨ ਈੜੀ ਹੈ ਜੀ, ਸਬਜ਼ੀ ਖਰੀਦਣ ਵਾਲੇ ਕੌਣ ਬਣੇ ਸਨ? ਉੱਤਰ ਆਏਗਾ ਜੀ, ਅੰਬਰ ਅਤੇ ਪ੍ਰੀਤੀ ਸਬਜ਼ੀ ਖਰੀਦਣ ਵਾਲੇ ਬਣੇ ਸਨ। ਉਸ ਤੋਂ ਅਗਲਾ ਸੱਸਾ ਪ੍ਰਸ਼ਨ ਹੈ ਜੀ, ਗਾਜਰਾਂ ਕਿਵੇਂ ਖਾਧੀਆਂ ਜਾਂਦੀਆਂ ਹਨ? ਉੱਤਰ ਆਏਗਾ ਜੀ, ਗਾਜਰਾਂ ਧੋ ਕੇ ਕੱਚੀਆਂ ਜਾਂ ਪਕਾ ਕੇ ਖਾਧੀਆਂ ਜਾਂਦੀਆਂ ਹਨ। ਹਾਹਾ ਪ੍ਰਸ਼ਨ ਹੈ ਜੀ, ਆਲੂਆਂ ਵਿੱਚ ਕੀ ਹੁੰਦਾ ਹੈ? ਉੱਤਰ ਆਏਗਾ ਜੀ, ਆਲੂਆਂ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ। ਕੱਕਾ ਪ੍ਰਸ਼ਨ ਹੈ ਜੀ, ਆਲੂ ਅਤੇ ਗਾਜਰ ਕਿੱਥੇ ਉੱਗਦੇ ਹਨ? ਉੱਤਰ ਆਏਗਾ ਜੀ, ਆਲੂ ਅਤੇ ਗਾਜਰ ਜ਼ਮੀਨ ਦੇ ਹੇਠਾਂ ਉੱਗਦੇ ਹਨ। ਇਸ ਤਰ੍ਹਾਂ ਨਾਲ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਹੈ ਜਿਹੜੇ ਆਪਣੀ ਬੁੱਕ ਵਿੱਚ ਹੱਲ ਕਰ ਲੈਣੇ ਹਨ। ਉਸ ਤੋਂ ਅੱਗੇ ਤੀਜਾ ਪ੍ਰਸ਼ਨ ਹੈ ਜੀ, ਬ੍ਰੈਕਟਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰਨੀਆਂ ਨੇ। ਆਲੂ ਲਓ, ਗੋਭੀ ਲਓ, ਇਹਦੇ ਵਿੱਚ ਆਪਾਂ ਗੋਭੀ ਸ਼ਬਦ ਚੁਣ ਕੇ ਲਿਖ ਦਾਂਗੇ। ਆੜਾ ਹੈ, ਮੈਨੂੰ 1 ਕਿਲੋ ਗਾਜਰਾਂ ਦੇ ਦਿਓ, ਇਹਦੇ ਵਿੱਚ ਗਾਜਰਾਂ ਸ਼ਬਦ ਨੂੰ ਚੁਣਾਂਗੇ ਜੀ ਅਸੀਂ। ਇਸ ਤੋਂ ਅੱਗੇ ਹੈ, ਪਾਪਾ ਮੁਸਕਰਾਉਂਦੇ ਹੋਏ ਕਹਿਣ ਲੱਗੇ, ਇਹਦੇ ਵਿੱਚ ਮੁਸਕਰਾਉਂਦੇ ਹੋਏ ਸ਼ਬਦ ਨੂੰ ਅਸੀਂ ਚੁਣਿਆ ਹੈ ਜੀ। ਗਾਜਰਾਂ ਵਿੱਚ ਬਹੁਤ ਵਿਟਾਮਿਨ ਹੁੰਦੇ ਹਨ, ਵਿਟਾਮਿਨ ਸ਼ਬਦ ਚੁਣਿਆ ਜੀ। ਹਰੀਆਂ ਸਬਜ਼ੀਆਂ ਖਾਓ, ਇਹਦੇ ਵਿੱਚ ਸਬਜ਼ੀਆਂ ਸ਼ਬਦ ਹੈ ਜਿਹੜਾ ਅਸੀਂ ਚੁਣ ਕੇ ਖਾਲੀ ਥਾਂ ਦੇ ਵਿੱਚ ਭਰ ਦਿੱਤਾ ਹੈ। ਇਸ ਤਰ੍ਹਾਂ ਨਾਲ ਤੁਸੀਂ ਇਹ ਪ੍ਰਸ਼ਨ ਹੱਲ ਕਰ ਲੈਣਾ ਜੀ। ਉਸ ਤੋਂ ਅੱਗੇ ਹੈ, ਪਾਠ ਦੇ ਅਨੁਸਾਰ ਸਹੀ ਵਾਕ ਦੇ ਸਾਹਮਣੇ ਸਹੀ ਦਾ ਅਤੇ ਗਲਤ ਦੇ ਸਾਹਮਣੇ ਗਲਤ ਦਾ ਨਿਸ਼ਾਨ ਲਗਾਉਣਾ ਹੈ ਜੀ। ਊੜਾ ਵਾਕ ਹੈ ਜੀ ਆਪਣਾ, ਅੰਬਰ ਪ੍ਰੀਤੀ ਦਾ ਛੋਟਾ ਭਰਾ ਸੀ, ਗਲਤ ਹੈ ਜੀ, ਵੱਡਾ ਭਰਾ ਸੀ। ਅੰਬਰ ਨੂੰ ਪ੍ਰੀਤੀ ਦੀ ਗੱਲ ਪਸੰਦ ਆਈ ਸੀ, ਸਹੀ ਹੈ। ਪਾਪਾ ਸਬਜ਼ੀ ਦੇ ਖਰੀਦਦਾਰ ਬਣੇ ਸਨ, ਨਹੀਂ ਜੀ, ਪਾਪਾ ਸਬਜ਼ੀ ਵੇਚਣ ਵਾਲੇ ਬਣੇ ਸੀ, ਇਹ ਵੀ ਗਲਤ ਹੈ ਵਾਕ। ਸਬਜ਼ੀ ਖਾਓ, ਕਦੇ ਕਦੇ ਖਾਓ, ਇਹ ਵਾਕ ਵੀ ਗਲਤ ਹੈ। ਸਾਨੂੰ ਕੀ ਸੰਦੇਸ਼ ਦਿੱਤਾ ਇਸ ਕਹਾਣੀ ਵਿੱਚ ਕਿ ਸਬਜ਼ੀ ਖਾਓ, ਹਰ ਰੋਜ਼ ਖਾਓ, ਠੀਕ ਹੈ ਨਾ। ਚੁੰਨੀ ਉਸਨੇ ਪਾਪਾ ਦੇ ਸਿਰ 'ਤੇ ਬੰਨ ਦਿੱਤੀ, ਸਹੀ ਹੈ ਜੀ। ਟਮਾਟਰ ਜ਼ਮੀਨ ਦੇ ਹੇਠਾਂ ਉੱਗਦੇ ਹਨ, ਗਲਤ ਹੈ ਜੀ। ਅਸੀਂ ਆਪਣੀ ਕਹਾਣੀ ਦੇ ਵਿੱਚ ਕੀ ਦੇਖਿਆ, ਕੀ ਸਮਝਿਆ ਕਿ ਟਮਾਟਰ ਹੈ ਜਿਹੜਾ ਜ਼ਮੀਨ ਦੇ ਉੱਪਰ ਉੱਗਦੇ ਹਨ। ਉਸ ਤੋਂ ਅੱਗੇ ਪ੍ਰਸ਼ਨ 5ਵਾਂ ਹੈ ਜੀ, ਹੇਠਾਂ ਦਿੱਤੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਦਿੱਤੇ ਗਏ ਆ, ਉਹਨਾਂ ਨੂੰ ਵਾਕਾਂ ਵਿੱਚ ਵਰਤਣਾ ਸੀ, ਜਿਵੇਂ ਰਸੋਈ, ਮੰਮੀ ਰਸੋਈ ਵਿੱਚ ਸਨ, ਪਾਲਕ, ਪਾਲਕ ਵਿੱਚ ਬਹੁਤ ਗੁਣ ਹੁੰਦੇ ਹਨ, ਹੋਕਾ, ਸਬਜ਼ੀ ਵਾਲਾ ਹੋਕਾ ਦੇ ਰਿਹਾ ਸੀ, ਵੱਡਾ, ਅੰਬਰ ਪ੍ਰੀਤੀ ਦਾ ਵੱਡਾ ਭਰਾ ਸੀ। ਇਸ ਤਰ੍ਹਾਂ ਇਹਨਾਂ ਵਾਕਾਂ ਨੂੰ ਤੁਸੀਂ, ਇਹਨਾਂ ਸ਼ਬਦਾਂ ਨੂੰ ਤੁਸੀਂ ਵਾਕਾਂ ਦੇ ਵਿੱਚ ਵਰਤ ਲੈਣਾ ਹੈ। ਉਸ ਤੋਂ ਅੱਗੇ ਹੈ ਜੀ ਵਿਆਕਰਨ ਭਾਗ। ਬੇਟਾ ਮੈਂ ਤੁਹਾਨੂੰ ਦੱਸਿਆ ਸੀ ਵੀ ਕੁਝ ਵਚਨ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਬਹੁ ਵਚਨ ਲਈ ਅਤੇ ਇੱਕ ਵਚਨ ਲਈ ਇੱਕੋ ਹੀ ਸ਼ਬਦ ਵਰਤਿਆ ਜਾਂਦਾ ਹੈ। ਕਈਆਂ ਦੇ ਜਿਹੜੇ ਹੈ ਰੂਪ ਬਦਲ ਜਾਂਦਾ, ਜਿਵੇਂ ਗੋਭੀ, ਗੋਭੀ, ਜਿਵੇਂ ਗੋਭੀ ਆਪਾਂ ਜੇ ਆਪਾਂ ਕਹੀਏ ਬਹੁਤ ਸਾਰੀ ਗੋਭੀ ਫਿਰ ਵੀ ਆਪਾਂ ਗੋਭੀ ਕਹਾਂਗੇ, ਜੇ ਆਪਾਂ ਕਹੀਏ ਗੋਭੀ ਦਾ 1 ਫੁੱਲ ਤਾਂ ਉਹਦੇ ਲਈ ਵੀ ਆਪਾਂ ਗੋਭੀ ਫੁੱਲ ਜਿਹੜਾ ਹੈ ਵਰਡ ਹੀ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਗਾਜਰ ਅਤੇ ਬਹੁਤੀਆਂ ਨੂੰ ਕੀ ਕਹਿੰਦੇ ਅਸੀਂ, ਗਾਜਰਾਂ, ਸਬਜ਼ੀ, ਸਬਜ਼ੀਆਂ, ਤਾਜ਼ਾ, ਤਾਜ਼ਾ ਹੀ ਬੋਲਦੇ ਹਾਂ ਅਸੀਂ ਇਹ ਤਾਜ਼ਾ ਸਬਜ਼ੀਆਂ ਜਾਂ ਤਾਜ਼ਾ ਭਿੰਡੀ ਜਾਂ ਕੋਈ ਇੱਕ ਸਬਜ਼ੀ ਕਹਿਣੀ ਹੋਵੇ ਤਾਂ ਵੀ ਅਸੀਂ ਤਾਜ਼ਾ ਸ਼ਬਦ ਹੀ ਵਰਤਦੇ ਹਾਂ। ਜੇ ਬਹੁਤ ਸਾਰੀਆਂ ਸਬਜ਼ੀਆਂ ਵਾਸਤੇ ਵਰਤਣਾ ਹੋਵੇ ਜਾਂ ਕਿਸੇ ਉਹ ਤਾਂ ਉਦੋਂ ਵੀ ਅਸੀਂ ਤਾਜ਼ਾ ਸ਼ਬਦ ਹੀ ਵਰਤਦੇ ਹਾਂ। ਉਸ ਤੋਂ ਬਾਅਦ ਕੱਚੀ, ਕੱਚੀਆਂ, ਚੁੰਨੀ, ਚੁੰਨੀਆਂ, ਉਗਦੀ, ਉਗਦੀਆਂ, ਪਲੇਟ, ਪਲੇਟਾਂ, ਇਸ ਤਰ੍ਹਾਂ ਨਾਲ ਤੁਸੀਂ ਇਹ ਵਚਨ ਹੈ ਜਿਹੜੇ ਉਹ ਬਦਲ ਲੈਣੇ ਹਨ। ਉਸ ਤੋਂ ਬਾਅਦ ਬੇਟਾ ਤੁਹਾਡਾ ਯੋਗਤਾ ਵਿਸਤਾਰ ਦਾ ਪ੍ਰਸ਼ਨ ਹੈ, ਇਹਦੇ ਵਿੱਚ ਤੁਸੀਂ ਆਪਣੇ ਵੱਡੇ ਜਾਂ ਛੋਟੇ ਭੈਣ ਭਰਾ ਦੀ ਫੋਟੋ ਲਗਾ ਲੈਣੀ ਹੈ ਦਿੱਤੇ ਹੋਏ ਇਹ ਖਾਨੇ ਦੇ ਵਿੱਚ, ਤਾਂ ਉਸ ਤੋਂ ਬਾਅਦ ਉਸ ਦੇ ਬਾਰੇ 6 ਵਾਕ ਹੈ ਜਿਹੜੇ ਸੁੰਦਰ ਲਿਖਾਈ ਦੇ ਵਿੱਚ ਲਿਖਣੇ ਹਨ ਕਿ ਜਿਹੜੀਆਂ ਗੱਲਾਂ ਉਹਦੇ ਵਿੱਚ ਤੁਹਾਨੂੰ ਚੰਗੀਆਂ ਲੱਗਦੀਆਂ ਹਨ। ਇਹ ਪ੍ਰਸ਼ਨ ਤੁਸੀਂ ਆਪਣੇ ਆਪ ਹੱਲ ਕਰੋਗੇ। ਧੰਨਵਾਦ।